ਇਹ ਚਾਰ ਮਾਡਲ ਆ। ਲਓ ਜੀ, ਲੋਕੇਸ਼ਨ ਹੈਗੀ ਜ਼ਿਲ੍ਹਾ ਨਨਕਾਣਾ, ਤਹਿਸੀਲ ਸ਼ਾਹਕੋਟ, 85 ਹਜ਼ਾਰ 57 ਚਾਰ ਮਾਡਲ ਟਰੈਕਟਰ ਆ। ਜਿਹੜੀਆਂ ਗੱਲਾਂ ਦੱਸਾਂਗਾ ਉੱਤੇ ਅਮਲ ਕਰ ਲਿਓ। ਟਰੈਕਟਰ ਲੈਣਾ ਹੋਵੇ ਤਾਂ ਇਨਸ਼ਾਅੱਲਾ ਉਮੀਦ ਆ ਵੀ ਟਰੈਕਟਰ ਤੁਹਾਨੂੰ ਲੈ ਦਾਂਗੇ। ਰਿਮੇ ਦੇ ਰੰਗ ਹੋਏ ਨੇ, ਆ ਕਰਿਓ ਬੰਦ ਜਰਾ ਕਰਨੀ। ਸੈਵਨਟੀ ਵਾਂਗੂ ਚੱਲਦਾ ਕਿ ਨਹੀਂ? ਪੂਰਾ ਸੈਵਨਟੀ ਵਾਂਗੂ ਬਿਲਕੁਲ ਆਪਣੇ ਇੰਜਣ ਦੀ ਆਵਾਜ਼ ਦੇ ਵਿੱਚ, ਸਿਰਫ ਲਾਇਸੈਂਸਰ ਦੀ ਆਵਾਜ਼ ਆਏਗੀ, ਹੋਰ ਕਿਸੇ ਚੀਜ਼ ਦੀ ਆਵਾਜ਼ ਨਹੀਂ ਆਏਗੀ। ਪਿਛਲਾ ਹਿੱਸਾ ਇੰਜਣ 16 ਨੇ ਕਹਿਣਾ ਵਾ, ਬਾਕੀ ਰੰਗ ਢੰਗ ਤੁਸੀਂ ਆਪ ਵੇਖ ਲੈਣਾ। ਟੁੱਟ ਭਾਈ ਦੀ ਗਰੰਟੀ ਆ, ਅਗਲੇ ਟਾਇਰ ਨਿਊ ਆ, ਰਿਮੇ ਦੇ ਰੰਗ ਹੋਏ ਟਾਇਰ ਅਗਲੇ ਨਿਊ। ਬਾਹਰ ਵੇਖ ਲਓ ਇਹਦੀ ਸ਼ੋਅ ਦਾ ਰੰਗ, ਇਹਦਾ ਆਪਣਾ ਓਰਿਜਨਲ 85 ਹਾਰਸ ਪਾਵਰ ਆ। ਮਾਡਲ ਹੈਗਾ 4, ਪੰਜਾਬ ਦਾ ਇਹਨੂੰ ਨੰਬਰ ਆ। ਜੋੜ ਜੱਕੇ ਦਾ ਪੂਰਾ ਨੰਬਰ, ਇਹਦਾ ਕਿੱਥੋਂ ਦਾ ਪਤਾ ਜੇ? ਨਨਕਾਣਾ ਸਾਹਿਬ। ਇਹਦੇ ਉੱਤੇ ਕੁਛ ਲਾਉਣਾ ਤੇ ਨਹੀਂ, ਲਾਉਣਾ ਤੇ ਨਹੀਂ ਕੋਈ ਟੇਪ ਧਾਮੇ ਕੋਈ ਵਗੈਰਾ? ਟੇਪ ਲਾ ਲੈਣੀ ਆ ਤੇ ਟਾਪ ਨਿਕਲ ਆਉਣੀ ਭੁੱਖ ਨਾਲ। ਪਿਛਲੇ ਟਾਇਰ ਘੋਨੇ ਆ ਜੀ, ਲਾ ਸ਼ਰੀਫ ਦੇ ਸਿਰ ਵਾਂਗੂ। ਰੂਪਾਂ ਦੇ ਵਿੱਚ ਸਟੱਡ ਵਗੈਰਾ ਕਿਸੇ ਕਿਸਮ ਦਾ ਨਹੀਂ ਇਹਨੂੰ ਹੈ, ਚਲਾਈ ਦੇ ਵਿੱਚ ਬਿਹਤਰੀਨ। ਹੁਣੇ ਜਾ ਕੇ ਚਾਪਰ ਤੇ ਭਾਵੇਂ ਜੋੜ ਦਿਓ ਇਹਨੂੰ, ਟੇਪ ਇਹਦੇ ਵਿੱਚੋਂ ਨਿਕਲ ਜਾਣੀ ਹੈ ਅਤੇ ਧਾਮੇ ਵੀ ਨਾਲ ਹੀ, ਆਹ ਧਾਮੇ ਵੀ ਉਹਨਾਂ ਲਾ ਲੈਣੇ ਆ, ਟਾਪ ਲਿੰਕ ਵੀ ਲਾ ਲੈਣੀ, ਹੁੱਕ ਨਾਲ ਮਿਲੇਗੀ, ਹੁੱਕ ਨਾਲ ਮਿਲੇਗੀ। ਆਹ ਵਿੱਚ ਇਹਦੇ ਕਿਸ ਤਰ੍ਹਾਂ ਫਸਾਇਆ ਜਿਹੜਾ ਵਾ, ਇਹ ਕਿਹੜੀ ਚੀਜ਼ ਨਸਲ ਆ ਆਹ ਜਿਹੜਾ ਜਿਹਦੇ ਉੱਤੇ ਲੈਂਕਾਂ ਚੜੀਆਂ ਨੇ? ਇਹ ਸਟੀਲ ਦਾ, ਇੱਧਰ ਵੀ ਤੇ ਉੱਧਰ ਵੀ ਆਰ ਪਰ ਸਟੀਲ ਦਾ ਪਵਾਇਆ ਭੈਣ ਪੂਰਾ। ਹਾਂ ਇਹ ਬੜਾ ਮਜ਼ਬੂਤ ਆ ਭੈਣ ਜੀ, 50 ਸਾਲ ਵੀ ਉਹਨੇ ਕਿਹਾ ਜੇ ਵੱਡਿਆ ਜਾਵੇ ਸਟੀਲ ਦਾ। ਨਹੀਂ ਇਹਨੇ ਕਿੱਥੇ ਜਾਣਾ, ਆ ਗੁੱਲਾ ਜਿਹੜਾ ਹੁੰਦਾ ਲੈਂਕਾਂ ਨੇ ਉਹ ਚੰਗਾ ਪੈ ਗਿਆ। ਕੰਮ ਜਿਹੜਾ ਵੀ ਫੌਜੀ ਦਬੰਗ ਦੀ ਹਾਂਡੀ ਪਵਾਈ ਗਾ ਲਿਆ ਕੇ 17 ਹਜ਼ਾਰ ਪਿੱਛੇ, ਹਾਂ ਵਿੱਚ ਦੀ ਹਾਂਡੀ ਆਵਾਜ਼ ਨਹੀਂ ਆਇਆ ਕਿਸੇ ਗੇਅਰ 'ਚ ਨਹੀਂ, ਕਿਸੇ ਹਿੱਸੇ 'ਚ ਨਹੀਂ, ਗਰਾਰੇ 'ਚ ਨਹੀਂ ਆਵਾਜ਼ ਪੈ। 85 ਹਾਰਸ ਪਾਵਰ, ਹਾਂ ਮਗਰਾ ਹਟਾਇਆ ਥੋੜ੍ਹਾ ਜਿਹਾ ਮੱਠਾ। ਟਾਇਰ ਇਹਦੇ ਕਮਜ਼ੋਰ ਪਿਛਲੇ, ਪੇਂਟ ਹੋਇਆ ਇਹਨੂੰ ਰਿਮ ਨੂੰ, ਬਾਕੀ ਟੋਚ ਟਾਂਕਾ ਨਹੀਂ ਲੱਗਾ ਕਿਸੇ ਕਿਸਮ ਦਾ। ਨੰਬਰ ਹੈ 0313-70-3608 ਜਿਹੜੇ ਨਵੇਂ ਵੀਰ ਆ ਰਹੇ ਨੇ। ਇਹ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਮੇਰੀ ਤੁਹਾਡੇ ਤੱਕ ਪਹੁੰਚਦੀ ਰਹੇ। ਸਰਵਿਸ ਦੇ ਟਾਇਰ ਆ ਅਗਲੇ ਕੰਪਨੀ ਜਿਹੜੇ ਨਵੇਂ ਨਾ ਪਾਏ, ਪਿਛਲੇ ਵੀ ਆਉਂਦੇ ਪਾ ਦੇਣੇ ਜੀ, ਅਗਰ ਇਹਨਾਂ ਪਿਛਲੇ ਨਵੇਂ ਪਾ ਦਿੱਤੇ ਤਾਂ ਫਿਰ ਇਹਦਾ ਰੇਟ ਹੋਰ ਹੋਣਾ ਵਾ। ਅਗਰ ਇਹਨਾਂ ਟਾਇਰਾਂ ਦੇ ਵਿੱਚ ਲਓ ਤਾਂ ਇਹਦਾ ਰੇਟ ਆ 17 ਲੱਖ ਰੁਪਈਆ ਇਹਨਾਂ ਟਾਇਰਾਂ ਦੇ ਵਿੱਚ, ਹੈਂ
17 ਲੱਖ ਰੁਪਇਆ। ਅਗਲੀ ਜਾਲੀ ਹੈਗੀ ਆ? ਅਗਲੀ ਜਾਲੀ ਨਹੀਂ ਆ ਨਾਲ ਹੈਗੀ, ਤੇ ਦੂਸਰੀ ਆ ਬੈਟਰੀ ਨਵੀਂ ਆ ਇਹਦੇ ਵਿੱਚ, ਸਿਰਫ ਟੇਪ ਤੇ ਟਾਪ ਲਿੰਕ ਤੇ ਧਾਮੇ ਇਹ ਚੀਜ਼ਾਂ ਲੈਣੀਆਂ ਨੇ, ਬਾਕੀ ਸਾਰਾ ਕੁਛ ਨਾਲ ਮਿਲੇਗਾ। 17 ਲੱਖ ਰੁਪਇਆ ਦੀ ਡਿਮਾਂਡ ਆ, 16.5 ਲੱਖ ਦਾ ਯੈਸ ਜਾਂ ਨੋ ਹੋਣਾ ਜੇ, ਇਹ ਤੋਂ ਰੁਪਈਆ ਨਹੀਂ ਜੇ ਛੱਡਣਾ। ਬੰਦਾ ਥੋੜ੍ਹਾ ਜਿਹਾ ਅੜਬ ਜੇ ਇੱਥੇ ਆਣ ਕੇ ਕਹੋ ਵੀ ਮਿੰਤਾ ਤਰਲੇ ਕਾਰੇ ਦੇ, ਮੈਂ ਨਹੀਂ ਜੇ ਕਰਨੇ, ਸਮਝ 'ਚ ਆਵੇ ਤਾਂ ਉਰੇ ਆ ਜਾਣੇ, ਤਾਂ ਚੀਜ਼ ਮਾਲਕਾਂ ਦੀ ਘਰ। 16, 16.5, 16, 16 ਇੱਥੇ ਜੇ ਲੱਗਦਾ ਇਹਨੂੰ ਨਹੀਂ ਦਿੰਦਾ ਆਹ, ਮੇਰੇ ਖਿਆਲ ਵਿੱਚ ਲਾ ਆਹ ਚੇਂਜ ਹੈ ਇਹਦਾ ਗੇਅਰ ਆ ਬਕਸਾ, ਬਾਕੀ ਇਹ ਆਪਣਾ ਵਾ ਜੋੜ ਜੱਕਾ, ਇਹ ਜਿਹੜਾ ਚੇਂਜ ਆ ਠੀਕ ਹੈ, ਹੋਰ ਕੋਈ ਕਿਸੇ ਕਿਸਮ ਦਾ ਨੂੰ ਨਹੀਂ ਚੇਂਜ ਵਗੈਰਾ ਕੀਤੀ। ਲਓ ਜੀ, ਕਿਸੇ ਦੀ ਸਮਝ 'ਚ ਆਵੇ ਤਾਂ ਰਾਬਤਾ ਕਰ ਲਿਓ, ਲੋਕੇਸ਼ਨ ਹੈਗੀ ਜ਼ਿਲ੍ਹਾ ਨਨਕਾਣਾ ਤਹਿਸੀਲ ਸ਼ਾਹਕੋਟ ਦੀ ਲੋਕੇਸ਼ਨ ਦੇ ਵਿੱਚ ਮੌਜੂਦ ਹੈ ਟਰੈਕਟਰ, ਇੱਧਰੋਂ ਲੁੱਕ ਚੈੱਕ ਕਰ ਲਓ ਕਿੱਦਾਂ ਦਾ ਲੱਗਦਾ। ਹੋਰ ਕਿਸੇ ਵੀਰ ਨੇ ਰੀਸੇਲ ਕਰਨਾ ਹੋਵੇ ਟਰੈਕਟਰ ਜਾਂ ਕੋਈ ਵੀ ਮਸ਼ੀਨਰੀ, ਰਾਬਤਾ ਨੰਬਰ ਉੱਤੇ ਦਿੱਤਾ ਹੈ, ਅਤੇ ਤਸਵੀਰਾਂ ਔਰ ਲੋਕੇਸ਼ਨ ਜ਼ਰੂਰ ਸੈਂਡ ਕਰਿਓ। ਵੀਡੀਓ ਚੰਗੀ ਲੱਗੀ ਤਾਂ ਅੰਗੂਠਾ ਜ਼ਰੂਰ ਦਬਾ ਕੇ ਜਾਇਓ।